ਆਪਾਂ ਅੱਜ ਤਹਿਸੀਲ ਹੈ ਇਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਕੋਟ ਰਜਾਦਾ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਪੁਲ ਬਣਾਇਆ ਗਿਆ ਸੀ ਉੱਥੇ ਪੱਤਣ 'ਤੇ ਖਲੋਤੇ ਹਾਂ। ਇੱਥੇ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਵੀ ਜਿਹੜਾ ਪੁਲ ਸੀ ਉਹ ਪਿਛਲੀ ਆੜੀ 20 ਤਰੀਕ ਲੰਘ ਕੇ ਗਈ, ਇਹਨੂੰ ਮੁਕੰਮਲ ਹੋ ਜਾਣਾ ਸੀ। ਅਤੇ ਜਿਹੜਾ ਆਪਾਂ ਨੂੰ ਪਤਾ ਵੀ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ, ਉਹ ਕਿਸਾਨਾਂ ਨੇ ਪਰੋਂ ਟਰਾਲੀਆਂ ਲੈ ਕੇ ਆਉਣਾ ਸੀ, ਅਤੇ ਜਿਹੜਾ ਝੋਨੇ ਦਾ ਸੀਜ਼ਨ ਆ ਉਹਦਾ ਝੋਨਾ ਵਾ ਨਾਲ ਇੱਧਰ ਮੰਡੀ 'ਚ ਉਹਨੂੰ ਮੰਡੀ ਕਰਾਉਣਾ ਸੀ। ਸਮੱਸਿਆ ਆ ਰਹੀ ਹੈ ਵੀ ਹਜੇ ਤੱਕ ਪੁਲ ਨਹੀਂ ਬਣਿਆ, ਅਤੇ ਇਹਦਾ ਨੁਕਸਾਨ ਕਿਸਾਨਾਂ ਨੂੰ ਕੀ ਹੋ ਰਿਹਾ ਵੀ ਜਦੋਂ ਇਹ ਬੇੜੀਆਂ 'ਚੋਂ ਟਰਾਲੀਆਂ ਟਰੈਕਟਰ ਤਾਰਦੇ ਨੇ ਅਤੇ ਬਦੋ ਬਦੀ ਟਰਾਲੀਆਂ 'ਚ ਪਾਣੀ ਵੜ ਜਾਂਦਾ, ਝੋਨਾ 'ਤੇ ਅੱਗੇ ਹੀ ਕੌਡੀਆਂ ਦੇ ਭਾਅ ਵਿਕ ਰਿਹਾ, ਪਰ ਇਹ ਸਮੱਸਿਆ ਆ ਰਹੀ ਆ ਵੀ ਉਹ ਗਾਂਹ 'ਚੋਂ ਨਵੀਂ ਕਰਨ ਨੂੰ ਤਿਆਰ ਨਹੀਂ, ਕਿਸਾਨ ਉਹਨੂੰ ਘਰੇ ਪਾ ਰਹੇ ਨੇ, ਸੁੱਕ ਨੇ, ਕੋਈ ਕਿਤੇ ਵਿਚਾਰਾ ਕਰ ਰਹੇ ਨੇ। ਇਸ ਕਰਕੇ ਭਰਾਓ ਆਹ ਸਰਕਾਰ ਦੇ ਹਾਲਾਤ ਵੇਖੋ, ਸਰਕਾਰ ਦੇ ਆਹ ਜਿਹੜੀ ਸਰਕਾਰ ਕਹਿੰਦੀ ਸੀ ਵੀ ਆਮ ਲੋਕਾਂ ਕੋਲ ਚੱਲੂਗੀ, ਵੇਖੋ ਕਿੰਨੇ ਗਰੀਬ ਗੁਰੇ ਜਿਨ੍ਹਾਂ ਨੇ ਬਾਹਰ ਉੱਧਰ ਜਾ ਕੇ ਮਿਹਨਤ ਕਰਨੀ ਉਹ ਵੀ ਆ ਬੇੜੀ ਦਾ ਇੰਤਜ਼ਾਰ ਕਰ ਰਹੇ ਨੇ। ਜਦੋਂ ਸਰਕਾਰ ਵੱਲੋਂ ਪੁਲ ਬਣਾਇਆ ਗਿਆ ਇੱਥੇ, ਅਤੇ ਫਿਰ ਪੁਲ ਦਾ ਮਤਲਬ ਉਹਨੂੰ ਅੱਜ ਤੱਕ ਚਾਲੂ ਕਿਉਂ ਨਹੀਂ ਕੀਤਾ ਗਿਆ? ਇਸ ਕਰਕੇ ਭਰਾਓ ਇਹ ਆ ਵੇਖੋ ਸਰਕਾਰ ਦੇ ਹਾਲਾਤ। ਅੱਜ BKU ਸਿੱਧੂਪੁਰ ਇਨਾਲੇ ਦੀ ਟੀਮ ਇੱਥੇ ਇਕੱਠੀ ਹੋਈ ਆ, ਇਹ ਚੇਤਾਵਨੀ ਆ ਪ੍ਰਬੰਧ ਨੂੰ, ਜੇ ਪੁਲ ਨਾ ਚਾਲੂ ਕੀਤਾ ਇੱਕ ਅੱਧੇ ਦਿਨ 'ਚ ਤਾਂ ਫਿਰ ਸਾਨੂੰ ਮਜਬੂਰਨ ਧਰਨਾ ਲਾਉਣਾ ਪਊਗਾ। ਇਸ ਕਰਕੇ ਭਰਾਓ ਆਪਾਂ ਇਹ ਪ੍ਰਬੰਧ ਨੂੰ ਵਿਖਾਉਣਾ ਚਾਹੁੰਦੇ ਹਾਂ ਵੀ ਲੋਕ ਕਿੰਨੇ ਖੱਜਲ ਹੋ ਰਹੇ ਆ, ਇੱਥੋਂ ਦੇ ਲੋਕਲ ਕਿਸਾਨ ਵੀ ਵਿਚਾਰੇ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ। ਮੈਂ ਓਮਕਾਰ ਸਿੰਘ, ਪਿੰਡ ਕੋਟ ਰਜਾਦਾ। ਮੇਰੀ ਦਰਿਆਓਂ ਪਾਰ ਜਿਹੜੀ ਹੈ ਘੱਟੋ ਘੱਟ ਵੀ 30 acres ਜ਼ਮੀਨ ਹੈ, ਅਤੇ ਝੋਨਾ ਜਿਹੜਾ ਸਾਰਾ ਤਿਆਰ 1509 ਜਿਹੜਾ ਤਿਆਰ ਖਲੋਤਾ ਆ, ਜਿਹੜਾ ਅਸੀਂ ਕੱਟ ਕੇ ਅਤੇ ਆਪਾਂ ਲਿਆਉਣਾ ਚਾਹੁੰਦੇ ਹਾਂ, ਪੁਲ ਬਣਦਾ ਅਤੇ ਫਿਰ ਲਿਆਉਣਾ ਸੀ ਪੁਲ, ਜਿਹੜਾ ਹਾਲੇ ਤੱਕ ਸਰਕਾਰ ਨੇ ਨਹੀਂ ਬਣਾਇਆ, ਜਿਹੜਾ 20 ਤਰੀਕ ਨੂੰ ਆਪਾਂ ਵੀ ਤਿਆਰ ਹੋ ਜਾਂਦਾ ਸੀ, ਤਾਂ ਹਾਲੇ ਤੱਕ ਪੁਲ ਕੋਈ ਗੱਲਬਾਤ ਨਹੀਂ ਆ, ਸਾਰਾ ਕੁਝ ਉਸੇ ਦਾ ਉਸਾ ਹੀ ਪੜੇ ਉੱਥੇ ਪਿਆ ਆ। ਅਸੀਂ ਬੇੜੇ ਰਾਹੀਂ ਜਿਹੜਾ ਵੀ ਥੋੜ੍ਹਾ ਬਹੁਤਾ ਕੱਟ ਕੇ ਲਿਆਉਣ ਡਿਆ, ਬੇੜੇ ਰਾਹੀਂ ਹੁਣ ਲਿਆਉਣ ਡਿਆ, ਅਤੇ ਬਹੁਤ ਵੱਡਾ ਨੁਕਸਾਨ ਹੋਣ ਡਿਆ ਜ਼ਿਮੀਂਦਾਰਾਂ ਦਾ। ਜਿਹੜਾ ਜ਼ਿਮੀਂਦਾਰ ਦਾ ਨੁਕਸਾਨ ਇਹ ਹੁੰਦਾ ਵੀ ਜਿਹੜੀ ਫਸਲ ਆ ਉਹ ਓਵਰੇਜ ਹੋ ਰਹੀ ਆ, ਕੱਟੀ ਨਹੀਂ ਜਾ ਵੀ ਕੱਟਣਾ, ਇਸ ਕਰਕੇ ਡੇ ਵੀ ਪੁਲ ਬੱਜੂਗਾ ਤਾਂ ਫਿਰ ਕੱਟਾਂਗੇ। ਬੇੜੇ ਰਾਹੀਂ ਤੁਹਾਨੂੰ ਪਤਾ ਲੱਗ ਰਿਹਾ ਵੀ ਬਹੁਤ ਸਮੱਸਿਆ ਲਿਆਉਣ ਦੀ, ਇਹ ਜਿਹੜਾ ਜੇ ਸਰਕਾਰ ਨੇ ਸਾਨੂੰ ਸਹੂਲਤ ਦਿੱਤੀ ਆ ਇਹ ਸਿਰਫ ਵਿਖਾਉਣ ਵਾਸਤੇ ਨਹੀਂ ਆ, ਪੁਲ ਪੀ ਅਸੀਂ ਢੋਲ ਕੱਢ ਕੇ ਅਤੇ ਬਾਹਰ ਰੱਖਦੇ ਆ, ਅਤੇ 2 ਮਹੀਨੇ ਜਦੋਂ ਨਹੀਂ ਲੋੜ ਤਾਂ ਉਦੋਂ ਬੰਦ ਹੋ, ਅਤੇ ਜਦੋਂ ਲੋੜ ਆ ਉਦੋਂ ਕੱਢ ਕੇ ਅਤੇ ਬਾਹਰ ਰੱਖ ਲਓ। ਇਹ ਸਰਕਾਰ ਦੀ ਨੀਤੀ ਬਹੁਤ ਮਾੜੀ ਹੈ, ਇਸ ਕਰਕੇ ਆਪਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਜੇ ਤਾਂ ਪੁਲ ਬਣਾਉਣਾ ਦਾਈ ਡੰਗ 'ਚ ਬਣਾ ਦੇ, ਨਹੀਂ ਤਾਂ ਆਪਾਂ ਰੋਸ ਮੁਜ਼ਾਹਰਾ ਕਰਾਂਗੇ, ਵੀ ਇਸ ਤੋਂ ਜ਼ਬਰਦਸਤ ਰੋਸ ਮੁਜ਼ਾਹਰਾ ਕਰਾਂਗੇ, SDM ਸਾਹਿਬ ਦੇ ਵੀ ਧਰਨਾ ਦਾਂਗੇ, DC ਦੇ ਵੀ ਬਾਂਗੇ, ਜੇ ਨਾ ਕੋਈ ਹੱਲ ਹੋਇਆ ਤਾਂ ਰੇਲਾਂ ਵੀ ਰੋਕਾਂਗੇ ਅਸੀਂ, ਜੇ ਇਹਨਾਂ 2-3 ਦਿਨ 'ਚ ਕਰਨਾ ਤਾਂ ਕਰਨ, ਨਹੀਂ ਕਰਨਾ ਤਾਂ ਸਾਨੂੰ ਜਿਹੜਾ ਪ੍ਰਸ਼ਾਸਨ ਹੈ ਉਹਦੀ ਦੱਸੇ ਵੀ ਸਾਨੂੰ ਵੀ ਅਸੀਂ ਨਹੀਂ ਕਰਨਾ। ਅਸੀਂ ਜਿਹੜੀ ਸਾਡੀ ਖੇਤੀ ਆ ਦਰਿਆਓ ਤੋਂ ਪਾ ਰਿਹਾ, ਸਾਨੂੰ ਇੱਥੇ ਪੁਲ ਬਣਾ ਕੇ ਦਿੱਤਾ ਇਹ ਧਾਰੀਵਾਲ ਸਰਕਾਰ ਨੇ, ਅਤੇ ਜਿਹੜਾ ਸਾਡਾ ਐਰਕਾ ਖੁੱਲ੍ਹ ਵੀ ਜਿਹੜਾ ਵਾ ਟਾਈਮ ਤੋਂ ਪਹਿਲੋਂ ਗਿਆ ਵਾ, ਕੋਈ 20 ਦਿਨ ਮਹੀਨਾ ਹੀ ਪਹਿਲੋਂ ਖੋਲ੍ਹ ਦਿੱਤਾ ਗਿਆ, ਜੇ ਸਾਨੂੰ ਹੁਣ ਅਸੀਂ ਝੋਨੇ ਜਿਹੜੇ ਲਾਏ ਆ ਬੜੀ ਮੁਸ਼ਕਲ ਦੇ ਨਾਲ, ਸਾਨੂੰ ਇਹ ਵੇਖ ਲਓ ਦਰਿਆ, ਸਾਨੂੰ ਦਰਿਆ ਦੀ ਮਾਰ ਝੱਲਣੀ ਪੈਂਦੀ ਆ, ਬੇੜੀਆਂ 'ਚੋਂ ਕੋਈ ਜਿਹੜੀ ਆ ਸੰਗਤ ਜਾਂਦੀ ਆ, ਜਿਹੜਾ ਲੋਕਾਂ ਦਾ ਝੋਨੇ ਦੀ ਲਵਾਈ ਆ ਉਹ ਵੀ ਸਾਨੂੰ ਦੂਣੀ ਕਰਕੇ ਦੇਣੀ ਪੈਂਦੀ ਆ, ਜੇ ਵੱਢਣ ਦਾ ਹੁਣ ਚਾਂਸ ਆ, ਹੁਣ ਇੱਥੇ ਕੰਬਾਈਨਾਂ ਲੰਘਾਉਣ ਦੀ ਪਰੇਸ਼ਾਨੀ ਆ, ਬੇੜਿਆਂ ਤਾਂ ਨਹੀਂ ਕੰਬਾਈਨਾਂ ਲੰਘਣੀਆਂ, ਜਿਹੜੀ ਇੱਧਰ 1000 ਜਾਂ 1500 ਵਧਾਈ ਆ ਉਹ 2 ਗੁਣਾ ਵੱਧ ਜਾਣੀ ਆ ਪਾਰ ਵਾਸਤੇ, ਵੀ ਉਹਨਾਂ ਬੇੜੇ ਥਾਣੀ ਜਿਹੜੀਆਂ ਉਹਨਾਂ ਵੇਖਣਾ ਵੀ ਸਾਡਾ ਨੁਕਸਾਨ ਨਾ ਹੋ ਜਾਵੇ, ਬੇੜੇ ਦੇ ਵਿੱਚ ਕੋਈ ਪਾਣੀ ਪੈ ਗਿਆ ਮਸ਼ੀਨ ਨਾਲ ਡੁੱਬ ਕੇ, ਅਤੇ ਸਾਡਾ ਜਿਹੜਾ ਪੁਲ ਬਣ ਹੈਗਾ ਵਾ ਉਹ ਅੱਜ ਤੋਂ ਪਹਿਲਾਂ 10-20 ਦਿਨ ਪਹਿਲਾਂ ਬਣ ਜਾਂਦਾ ਸੀ, ਜਿਹੜਾ ਐਰਕਾ ਬਣ ਨਹੀਂ ਡਿਆ, ਇਹਦਾ ਪ੍ਰਸ਼ਾਸਨ ਨੂੰ ਪਤਾ ਵੀ ਕੀ ਮਜਬੂਰੀ ਆ, ਹੁਣ ਤਾਂ ਪਾਣੀ ਦਾ ਕੋਈ ਹੈਗਾ ਹੀ ਨਹੀਂ ਕੋਈ ਇੱਥੇ ਕੋਈ ਆਉਣ ਦਾ ਜਾਂ ਜਾਣ ਦਾ, ਅਤੇ ਇਹ ਕਰਕੇ ਸਾਨੂੰ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਇਹ ਜਲਦ ਤੋਂ ਜਲਦ ਜਿਹੜਾ ਝੋਨਾ ਦੇ ਅੱਗੇ ਹੀ ਜ਼ਿਮੀਂਦਾਰਾਂ ਦਾ ਵਿਕਣ ਨਹੀਂ ਡਿਆ,
ਜਿਹੜਾ ਆ ਕੇ 3700-3800 ਨੂੰ ਵਿਕਣ ਰਿਹਾ ਸੀ, ਉਹ 1900 ਦੇ ਲਾਗੇ ਆ ਕੇ 2000 ਦੇ ਲਾਗੇ ਖੜਾ ਹੋਇਆ ਵਾ। ਸਰਕਾਰਾਂ 'ਤੇ ਜਿਹੜਾ ਨਾ ਬੇੜਾ ਗਰਕ ਕਰਤਾ ਕਿਸਾਨੀ ਦਾ, ਕਿਸਾਨ ਤਾਂ ਅੱਗੇ ਵੀ ਵੇਖ ਲਓ ਵੀ ਪਹਿਲਾਂ ਵੀ ਆਪਾਂ ਜਾ ਕੇ ਕਿਸਾਨੀ ਵਾਸਤੇ ਜਥੇਬੰਦੀਆਂ ਲੜਨੀਆਂ ਵਾ, ਅਸੀਂ ਪਿੰਡਾਂ 'ਚ ਵੀ ਰਹੇ ਹਾਂ, ਪਰੇਸ਼ਾਨ ਹੋਏ ਆ ਲੋਕ, ਅਤੇ ਆ ਜਾ ਆ ਬੀਬੀਆਂ ਨੇ ਕੰਮ ਕਰਨਾ, ਦਰਿਆਓ ਪਾਰ ਦਿਹਾੜੀਆਂ ਲਾਉਣੀਆਂ, ਕੁਛ ਵੀ ਕਰਨਾ। ਸੰਗਤ ਜਿਹੜੀ ਆ ਦਰਿਆਓ ਕੋਈ ਪਾਰ ਦੇ ਪਾਰ ਖੜੋਤੇ ਆ, ਐਡੇ ਟਰੈਕਟਰ ਵੇਖ ਲਓ ਲੈਣਾ ਦੇ ਵਿੱਚ, ਆ ਮਗਰ ਟਰੈਕਟਰ ਲੈਣਾ ਲੱਗ ਗਏ ਆ, ਇਹ ਕਦੋਂ ਪਾਰ ਜਾਣਗੇ, ਕਦੋਂ ਕਮਾਇਣ ਲੱਗੂਗੀ, ਅਤੇ ਕਦੋਂ ਕਦੋਂ ਥੋੜ੍ਹਾ ਥੋੜ੍ਹਾ ਝੋਨਾ ਪਾ ਕੇ ਆਉਣਾ ਵਾ। ਇਹ ਕਰਕੇ ਕਿਸਾਨ ਦੀ ਬਹੁਤ ਜ਼ਿਆਦਾ ਮਜਬੂਰੀ ਸਾਡੀ ਹੋ ਗਈ ਆ। ਸਾਨੂੰ ਇਹ ਪ੍ਰਸ਼ਾਸਨ ਜਲਦ ਤੋਂ ਜਲਦ ਸਾਨੂੰ ਪੁਲ ਮੁਕੰਮਲ ਚਾਹੀਦਾ, ਛੇਤੀ ਤੋਂ ਛੇਤੀ ਕਾਰਵਾਈ ਕਰਕੇ ਸਾਡਾ ਪੁਲ ਬਣਾਇਆ ਜਾਵੇ।